ਆਪਾਂ ਇਹ ਦੱਸੋ ਕਿ ਹਰੇਕ ਜਗ੍ਹਾ ਤੋਂ ਸਾਨੂੰ ਰੋਕਿਆ ਕਿਉਂ ਜਾ ਰਿਹਾ, ਵੀ ਪੰਜਾਬ ਪੁਲਿਸ ਧੱਕਾ ਕਿਉਂ ਕਰ ਰਹੀ ਆ? ਐਸੇ ਮਤ ਕਰ ਤੂੰ, ਹਰ ਰੂਟ ਪੇ ਐਸੇ ਕਰੀ ਹੋਤਾ ਹੈ। ਤੁਹਾਡੀ ਤੇ ਸਾਡੀ ਲੜਾਈ ਹੋ ਬਿਨਾ ਮਤਲਬ ਤੋਂ। ਦੇਖੋ ਸਾਡਾ ਆ CRPF ਲਾ ਕੇ ਕੀ ਮਤਲਬ ਆ ਯਾਰ, ਸਾਡਾ ਕਾਫਲਾ ਰੋਕਣ ਦੀ ਵੀ? ਅਸੀਂ ਪੈਦਲ ਜਾ ਰਹੇ ਹਾਂ, ਕੋਈ ਗੱਡੀਆਂ ਨਹੀਂ ਲੈ ਕੇ ਜਾ ਰਹੇ। ਸਾਰਾ ਬਰਨਾਲਾ ਜਾਣ ਕੇ ਘੇਰ ਰੱਖਿਆ ਬਿਨਾ ਮਤਲਬ ਤੋਂ। ਭਗਵੰਤ ਮਾਨ, ਤੂੰ ਸਾਨੂੰ ਸਾਡੇ ਪੰਜਾਬ 'ਚ, ਸਾਡੇ ਸ਼ਹਿਰ ਬਰਨਾਲੇ 'ਚ ਤੂੰ ਆਪਦੇ ਕੇਜਰੀਵਾਲ ਕਰਕੇ ਐਂਟਰੀ ਨਹੀਂ ਕਰਨ ਦੇ ਰਿਹਾ। ਸਾਡੀਆਂ ਲੇਡੀਜ਼ ਨੂੰ ਧੱਕਾ ਮਾਰਿਆ ਜਾ ਰਿਹਾ ਵੀ ਪੁਲਿਸ ਵੱਲੋਂ। ਇਹ ਕਮਾਲ ਕਰਤੀ ਯਾਰ ਤੁਸੀਂ ਨੇ। ਅੱਜ ਬਰਨਾਲੇ 'ਚ ਜੋ ਦੇਖਣ ਨੂੰ ਮਿਲਿਆ, ਲੇਡੀਜ਼ ਦੇ ਉੱਤੇ ਤੰਗਣ ਚਾਹੀ ਪੁਲਿਸ ਵੱਲੋਂ ਜ਼ਬਰਦਸਤੀ, ਇਹ ਕੰਮ ਨਹੀਂ ਚੱਲਣ ਦਿੱਤਾ ਜਾਏਗਾ। ਕੱਲ੍ਹ ਚੋਣ ਪ੍ਰਚਾਰ ਦੌਰਾਨ ਦਲਬੀਰ ਗੋਲਡੀ ਨੂੰ ਪੰਜਾਬ ਪੁਲਿਸ ਨੇ ਵਿੱਚ ਵਿਚਾਲੇ ਹੀ ਰੋਕ ਲਿਆ, ਕਿਉਂਕਿ ਅੱਗੇ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋਅ ਚੱਲ ਰਿਹਾ ਸੀ, ਜਿਸ ਤੋਂ ਬਾਅਦ ਕਾਂਗਰਸੀ ਆਗੂ ਤੇ ਪੁਲਿਸ ਵਿੱਚ ਹਲਕੀ ਫੁਲਕੀ ਧੱਕਾ ਮੁੱਕੀ ਵੀ ਹੋਈ। ਇਸ ਪੂਰੇ ਮਸਲੇ ਤੇ ਦਲਬੀਰ ਗੋਲਡੀ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਕਾਫਲਾ ਬਹੁਤ ਲੇਟ ਚੱਲ ਰਿਹਾ, ਪਰ ਉਹਨਾਂ ਦਾ ਪ੍ਰੋਗਰਾਮ ਸਹੀ ਸਮੇਂ ਤੇ ਹੈ ਤੇ ਇਸ ਦੀ ਪੂਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ ਸੀ। ਹਾਲਾਂਕਿ ਇਸ ਪੂਰੀ ਬਹਿਸ ਤੋਂ ਬਾਅਦ ਦਲਬੀਰ ਗੋਲਡੀ ਦਾ ਕਾਫਲਾ ਵਾਪਸ ਮੁੜ ਗਿਆ, ਜਿਸ ਤੋਂ ਬਾਅਦ ਉਹਨਾਂ ਦੇ ਆਗੂਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਪੁਲਿਸ ਪ੍ਰਸ਼ਾਸਨ ਤੇ ਧੱਕੇਸ਼ਾਹੀ ਦੇ ਦੋਸ਼ ਲਾਏ। ਸਾਡਾ ਰੋਡ ਸ਼ੋਅ ਚੱਲ ਰਿਹਾ ਸੀ, ਇੱਕ ਮਿੰਟ ਯਾਰ, ਹੈਲੋ ਇੱਕ ਮਿੰਟ ਚੁੱਪ ਕਰਿਓ। ਮੈਨੂੰ ਇਹ ਦੱਸੋ ਕਿ ਹਰੇਕ ਜਗ੍ਹਾ ਤੋਂ ਸਾਨੂੰ ਰੋਕਿਆ ਕਿਉਂ ਜਾ ਰਿਹਾ, ਵੀ ਪੰਜਾਬ ਪੁਲਿਸ ਧੱਕਾ ਕਿਉਂ ਕਰ ਰਹੀ ਆ? ਐਡੇ ਮੁੱਖ ਮੰਤਰੀ ਜਿਹੜਾ VIP ਹੋ ਗਏ ਸਰ, ਅਸੀਂ ਨਹੀਂ ਵੋਟਾਂ ਮੰਗਣੀਆਂ। ਨਹੀਂ ਕਰੇਗੀ, ਨਹੀਂ ਕਰੇਗੀ, ਨਹੀਂ ਕਰੇਗੀ।
ऐसे मत कर तू, हर रूट पे ऐसे थोड़ी होता है। ਚੁੱਪ ਕਰ ਜਾਓ ਯਾਰ, ਇੱਕ ਮਿੰਟ ਖੁੱਲ ਜਾਓ ਯਾਰ, ਇੱਕ ਮਿੰਟ ਬਾਈ। ਅਸੀਂ ਦੇਖੋ ਕੋਈ ਨਾ ਬੋਲਿਓ, ਦੋ ਮਿੰਟ ਯਾਰ ਗੱਲ ਕਰ ਲਓ। ਸ਼ੇਰੇ ਆਮ ਧੱਕਾ ਕਰ ਰਹੇ, ਠੀਕ ਹੈ ਨਾ। ਇਹਦੇ ਨਾਲ ਥੋਡੀ ਤੇ ਸਾਡੀ ਲੜਾਈ ਹੋ ਬਿਨਾਂ ਮਤਲਬ ਤੋਂ। ਦੇਖੋ ਸਾਡਾ ਆ CRPF ਲਾ ਕੇ ਕੀ ਮਤਲਬ ਆ ਯਾਰ, ਸਾਡਾ ਕਾਫਲਾ ਰੋਕਣ ਦੀ ਵੀ। ਅਸੀਂ ਪੈਦਲ ਜਾ ਰਹੇ ਹਾਂ, ਕੋਈ ਗੱਡੀਆਂ ਨਹੀਂ ਲੈ ਕੇ ਜਾ ਰਹੇ। ਸਾਰਾ ਬਰਨਾਲਾ ਜਾਣ ਕੇ ਘੇਰ ਰੱਖਿਆ ਬਿਨਾਂ ਮਤਲਬ ਤੋਂ। ਇਹ ਤਾਂ ਇਹ ਮਤਲਬ ਥੋੜ੍ਹੀ ਆ ਵੀ ਕੇਜਰੀਵਾਲ ਸਾਡੇ ਪੰਜਾਬ 'ਚ ਆ ਰਿਹਾ ਤੇ ਸਾਨੂੰ ਸਾਡੇ ਪੰਜਾਬ 'ਚ, ਸਾਨੂੰ ਸਾਡੇ ਬਾਜ਼ਾਰ 'ਚ ਫਿਰਨ ਦੀ ਇਜਾਜ਼ਤ ਨਹੀਂ ਯਾਰ। ਮੇਰੇ ਪੇਜ ਤੋਂ ਮੈਂ ਲਾਈਵ ਹੋਇਆ, ਆਹ ਬਰਨਾਲੇ ਸਾਡਾ ਰੂਟ ਜਿਹੜਾ ਬਣਿਆ ਹੋਇਆ ਸੀ ਰੋਡ ਸ਼ੋਅ ਦਾ। ਕੇਜਰੀਵਾਲ ਲੇਟ ਪਹੁੰਚਿਆ, ਪਰ ਅੱਜ ਭਗਵੰਤ ਮਾਨ ਤੂੰ ਸਾਨੂੰ ਸਾਡੇ ਪੰਜਾਬ 'ਚ, ਸਾਡੇ ਸ਼ਹਿਰ ਬਰਨਾਲੇ 'ਚ ਤੂੰ ਆਪਦੇ ਕੇਜਰੀਵਾਲ ਕਰਕੇ ਐਂਟਰੀ ਨਹੀਂ ਕਰਨ ਦੇ ਰਿਹਾ। ਆਹ ਪੁਲਿਸ ਲਾਤੀ, ਆਹ ਦੂਜੇ ਮੁਲਾਜ਼ਮ ਲਾਤੇ, ਤੇ ਮੈਂ ਹੈਰਾਨ ਹਾਂ ਤੇ ਧੱਕੇ ਮਾਰ ਰਹੇ ਨੇ। ਇਹਨਾਂ ਨੂੰ ਐਂ ਨਹੀਂ ਪਤਾ ਬਾਹਰਲੀਆਂ ਸਟੇਟਾਂ ਵਾਲੀ ਪੁਲਿਸ ਨੂੰ ਵੀ ਇਹ ਪੰਜਾਬ, ਜੇ ਕੁਛ ਹੋ ਗਿਆ ਫਿਰ ਕੌਣ ਜ਼ਿੰਮੇਵਾਰ ਆ ਵੀ। ਮੈਂ ਹੈਰਾਨ ਹਾਂ ਇਸ ਚੀਜ਼ ਤੋਂ। ਆਹ ਸਾਡੀਆਂ ਲੇਡੀਜ਼ ਨੂੰ ਧੱਕਾ ਮਾਰਿਆ ਜਾ ਰਿਹਾ ਵੀ ਪੁਲਿਸ ਵੱਲੋਂ। ਕਮਾਲ ਕਰਤੀ ਯਾਰ ਤੁਸੀਂ ਨੇ, ਅੱਜ ਬਰਨਾਲੇ 'ਚ ਜੋ ਦੇਖਣ ਨੂੰ ਮਿਲਿਆ ਲੇਡੀਜ਼ ਦੇ ਉੱਤੇ ਤਕਨਸ਼ਾਹੀ, ਪੁਲਿਸ ਵੱਲੋਂ ਜ਼ਬਰਦਸਤੀ, ਇਹ ਕੰਮ ਨਹੀਂ ਚੱਲਣ ਦਿੱਤਾ ਜਾਏਗਾ। ਬੰਦ ਕਰੋ, ਬੰਦ ਕਰੋ, ਧੱਕੇਸ਼ਾਹੀ।
ਸੰਗਰੂਰ ਜ਼ਿਮਨੀ ਚੋਣਾਂ ਲਈ ਸਾਰੀਆਂ ਪਾਰਟੀਆਂ ਇੜੀ ਚੁੱਕੀ ਦਾ ਜ਼ੋਰ ਲਾ ਰਹੀਆਂ ਨੇ ਅਤੇ ਸਾਰੀਆਂ ਹੀ ਪਾਰਟੀਆਂ ਆਪੋ ਆਪਣੀ ਜਿੱਤ ਦਾ ਦਾਅਵਾ ਵੀ ਕਰ ਰਹੀਆਂ ਨੇ। ਹੁਣ ਦੇਖਣਾ ਹੋਵੇਗਾ ਕਿ ਇਸ ਸਿਆਸੀ ਘਮਾਸਾਨ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰਦੀ ਹੈ।